ਮੈਂ ਹੈਰਾਨ ਹੋਈ ਆ ਕਿ ਕਾਂਸਟੇਬਲ ਦੀ ਬੇਸਿਕ ਰਿਕੁਆਇਰਮੈਂਟ ਮੈਟ੍ਰਿਕ ਹੈ, ਪੋਸਟ ਗ੍ਰੈਜੂਏਟ ਬੱਚੇ ਜਿਹੜੇ ਉਹਨੇ ਪਰਚਾ ਭਰਿਆ, ਬਿਲਕੁਲ ਉਹਨੇ ਫਾਰਮ ਭਰਿਆ ਕਿ ਅਸ ਕਾਂਸਟੇਬਲ ਲੱਗਣੇ ਤਿਆਰ ਆ, ਸਾਨੂੰ ਵਰਦੀ ਪਾਉਣ ਦਾ ਜਜ਼ਬਾ ਆਇਆ, ਅਸੀਂ ਪੂਰੀ ਜ਼ਿੰਦਗੀ ਆਪਣੀ ਜਿਹੜੀ ਹੈ ਪੜ੍ਹਾਈ ਖਪਾਈ ਹੋਈ ਹੈ, ਮਸਾਂ ਮਰੀਏ ਮੌਕਾ ਆਇਆ, ਸਾਨੂੰ ਮੌਕਾ ਮਿਲਣਾ ਚਾਹੀਦਾ। ਐਲ ਜੀ ਸਾਹਿਬ ਦਾ ਬੜਾ ਪੋਜ਼ਿਟਿਵ ਨੇਚਰ ਹੈ ਔਰ ਉਹਨੇ ਹਮੇਸ਼ਾ ਪ੍ਰਯਾਸ ਕੀਤਾ ਕਿ ਜੰਮੂ ਕਸ਼ਮੀਰ ਦੇ ਹਰ ਖਿੱਤੇ ਕੰਨੇ, ਹਰ ਸੈਕਸ਼ਨ ਆਫ ਸੋਸਾਇਟੀ, ਕਿਆ ਉਹ ਨੌਜਵਾਨ ਹੋ, ਕਿਆ ਉਹ ਬਜ਼ੁਰਗ ਹੋਣ, ਭੈਣਾਂ ਹੋਣ, ਭਰਾ ਹੋਣ, ਉਹਨੇ ਕੀ ਇਨਸਾਫ ਮਿਲਣਾ ਚਾਹੀਦਾ। ਜੰਮੂ ਕਸ਼ਮੀਰ 'ਚ ਸਰਕਾਰ ਬਣੇ ਦੇ ਲਗਭਗ ਮਹੀਨੇ ਕੋਲਾ ਇੱਕ ਦੋ ਦਿਨ ਉੱਪਰ ਹੋਈ ਗਏ ਹੋਣੇ ਨਾ, ਪਰ ਕਈ ਚੀਜ਼ਾਂ ਜਿਹੜੀਆਂ ਨਾ ਉਹ ਅਸੀਂ ਵੀ ਭਾਈ ਪਹਿਲੇ ਵਾਰੀ ਦੇਖੀਆਂ ਨਾ। ਇੱਕ ਤਾਂ ਅਸੈਂਬਲੀ 'ਚ ਜਿਹੜਾ ਡੰਡ ਰੌਲਾ ਪਿਆ ਉਹ ਵੀ ਤੁੰਦੇ ਸਾਰੇ ਸਾਹਮਣੇ ਹੈ, ਔਰ ਜੰਮੂ ਖਿੱਤੇ 'ਚ ਇਹ ਚਰਚਾ ਦਾ ਵਿਸ਼ੇ ਇਸ ਵੇਲੇ ਵੀ ਬਣੇਦਾ। ਦੂਜੀ ਗੱਲ ਇਹ ਹੈ ਕਿ ਨੌਜਵਾਨ ਜਿਹੜੇ ਨੇ ਉਹ ਉਮਰ 'ਚ ਥੋੜ੍ਹੀ ਹਾਰੀ ਜਿਹੜੀ ਛੂਟ ਹੈ ਉਹ ਮੰਗਾਂ ਕਰਦੇ ਨੇ। ਇਸ ਬਾਬਤ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰਤੀਨਿਧੀ ਮੰਡਲ ਜਿਹੜਾ ਹੈ ਐਲ ਜੀ ਸਾਹਿਬ ਕਰਨੇ ਵੀ ਮਿਲਿਆ, ਕਿ ਗੱਲਬਾਤ ਹੋਈ ਹੈ ਜਾਂ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ, ਇਸ ਬਾਬਤ ਗੱਲਬਾਤ ਕਰਿਆ ਕਰਨਾ। ਮੇਰੇ ਕੰਨਾ ਵਿਕਰਮ ਰੰਧਾਵਾ ਹੋਰ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਹੁ ਵਿਧਾਨ ਸਭਾ ਹਲਕੇ ਥਮਾਂ ਵਿਧਾਇਕ। ਇੱਕ ਤਾਂ ਰੰਧਾਵਾ ਸਾਹਿਬ ਤੁਹਾਡਾ ਮਤਾ ਮਤਾ ਧੰਨਵਾਦ ਸਾਡੇ ਇਸ ਕਾਰਜਕ੍ਰਮ 'ਚ। ਦੂਆ ਮੈਂ ਇਹ ਦੱਸੋ ਅਸੈਂਬਲੀ 'ਚ ਲੋਕ ਆਖਾ ਕਰਦੇ, ਮੈਂ ਨਹੀਂ ਆਖਾ ਕਰਦਾ, ਕਿ ਰਾਥਰ ਸਾਹਿਬ ਕਰਨਾ ਕੋਈ ਪੁਰਾਣੀ ਰੰਜਿਸ਼ ਹੈਗੀ। ਇਹ ਰਾਥਰ ਸਾਹਿਬ ਇੱਕ ਵਯੋਵਰਿੱਧ ਪੋਲੀਟੀਸ਼ੀਅਨ, ਅਸੀਂ ਸੋਚਿਆ ਰਹੇ ਕਿ ਸਾਨੂੰ ਇੱਕ ਐਲਡਰਲੀ ਵਿਅਕਤੀ ਮਿਲਿਆ ਹੈ, ਇਹ ਸਾਰੇ ਹੀ ਇਕੱਠੇ ਕਰੀ ਚੱਲਗ, ਪਰ ਸਾਨੂੰ ਥੋੜ੍ਹੀ ਪਤਾ ਕਿ ਉਹਨੇ ਵਨ ਵੇ ਟਰੈਕ ਚਲਾਉਣਾ। ਲੇਕਿਨ ਅਫਸੋਸ ਲੱਗਾ ਕਿ ਯੰਗ MLA ਜਿਹੜੇ ਜੁਨੀਅਰ ਗਿਰਦੇ ਨੇ ਔਰ ਉਹਦੇ ਕੰਨੇ ਪੂਰਾ ਤਾਨਾ ਸ਼ਾਹੀ ਦਾ ਰਵੱਈਆ, ਉਹ ਨਹੀਂ ਲੱਗਾ ਰਿਹਾ ਕਿ ਬਸ ਅੱਜ ਮੈਂ ਜੀ ਡਿਕਟੇਟਰ ਬਣੀ ਰਹਾ, ਜੋ ਸਕਤੀ ਮੈਂ ਕਰ ਸਕਦਾ ਕਰੀ ਉੜਗਾ। ਲੇਕਿਨ ਉਹ ਭੁੱਲੀ ਜਾਣ ਕਿ ਉਹ ਵੀ ਚੁਣੀ ਆਏ ਅਤੇ ਅਸੀਂ ਵੀ ਚੁਣੀ ਆਏ ਦੇ ਹਾਂ, ਫੈਸਲਾ ਜਨਤਾ ਨੇ ਕਰਨਾ ਹੈ। ਅਲਬੱਤਾ ਸਾਨੂੰ ਇਸ ਗੱਲ ਦਾ ਕੋਈ ਗੁਰੇਜ਼ ਨਹੀਂ ਹੈ ਕਿ ਉਹਨੇ ਸਾਡੇ ਕੰਨੇ ਕੀ ਕਾਰਵਾਈ ਕੀਤੀ ਹੈ, ਲੇਕਿਨ ਸਾਨੂੰ ਇਸ ਗੱਲ ਦਾ ਫਕਰ ਹੈ ਕਿ ਜਿਹੜੀ ਵੀ ਕੋਈ ਐਂਟੀ ਨੈਸ਼ਨਲ ਐਕਟੀਵਿਟੀ ਦਾ ਪ੍ਰਯਾਸ ਵਿਧਾਨ ਸਭਾ 'ਚ ਹੋਇਆ, ਅਸੀਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਔਰ ਅੱਗੇ ਵੀ ਦਿੰਦੇ ਰਹੇ। ਰੰਧਾਵਾ ਸਾਹਿਬ ਦੇਖਾ ਕਰਨੇ ਆ ਕਿ ਬੱਚੇ ਜਿਹੜੇ ਨੇ ਉਹ ਦਰ ਦਰ ਫਿਰਾ ਕਰਦੇ ਨੇ, PSI ਵਾਲੇ ਵੀ ਫਿਰਾ ਕਰਦੇ ਨੇ, ਅਤੇ ਜਿਹਨੇ ਕਾਂਸਟੇਬਲ ਦੇ ਫਾਰਮ ਭਰੇ ਦੇ ਨੇ ਉਹ ਵੀ ਫਿਰਾ ਕਰਦੇ ਨੇ, ਕਿ ਮਤੀ ਤਾਂ ਨਹੀਂ ਆ ਸਕ ਮੰਗਾ ਕਰਦੇ, ਥੋੜ੍ਹੀ ਹਾਰੀ ਜਿਹੜੀ ਛੂਟ ਹੈ ਉਹ ਅਸੀਂ ਕੀ ਹੋਣੀ ਚਾਹੀਦੀ। ਔਰ ਤੁਸ ਮੀ ਲੱਗਾ ਕਿ ਤੁਸ ਉਪ ਰਾਜਪਾਲ ਉਹਦੇ ਕੰਨਾਂ ਵੀ ਮਿਲੇ। ਦੇਖੋ ਬੱਚਿਆਂ ਦੀ ਜਿਹੜੀ ਡਿਮਾਂਡ ਹੈ ਉਹ ਬਿਲਕੁਲ ਜਾਇਜ਼ ਹੈ। 8 ਸਾਲ ਦੇ ਬਾਅਦ ਇਹ ਭਰਤੀ ਨਿਕਲੀ ਹੈ, ਇਸ ਦੌਰਾਨ 2 ਸਾਲ ਅਸੀਂ ਸਾਰੇ ਪੂਰੇ ਦੇਸ਼ ਨੇ ਪੂਰੀ ਦੁਨੀਆ ਨੇ ਕਰੋਨਾ ਦਾ ਪੀਰੀਅਡ ਕੱਢਿਆ, ਔਰ ਜਿਹਨੇ ਸਰਕਾਰਾਂ ਵਿੱਚ 2-2 ਸਾਲ ਦੇ ਬਾਅਦ ਰਿਕਰੂਟਮੈਂਟ ਡਰਾਈਵ ਚੱਲਦਾ ਹੈ ਉਹਨੇ ਸਰਕਾਰਾਂ ਵੀ ਰਿਲੈਕਸੇਸ਼ਨਾਂ ਦਿੱਤੀਆਂ। ਇੱਥੇ ਦਾ ਸਿਸਟਮ ਕੋਈ ਨਹੀਂ ਆਇਆ, ਪਹਿਲੇ ਸਰਕਾਰ ਚੱਲੀ ਹੈ, ਫਿਰ ਰਾਜਪਾਲ ਸ਼ਾਸਨ, ਫਿਰ ਉਪ ਰਾਜਪਾਲ ਸ਼ਾਸਨ, ਕੋਈ ਬੜਾ ਜ਼ਿਆਦਾ ਬੱਚੇ ਕੀ ਸਰਕਾਰੀ ਖਿੱਤੇ 'ਚ ਨੌਕਰੀ ਕਰਨ ਦਾ ਮੌਕਾ ਨਹੀਂ ਮਿਲਾ ਦਾ, ਔਰ ਟਾਈਮ ਪਾਸ ਕਰਨ ਬੱਚੇ ਓਵਰ ਏਜ ਆਉਂਦੇ, ਜਿਹੜੇ ਬੱਚੇ ਦੀ ਫਰਸਟ੍ਰੇਸ਼ਨ ਦਾ ਕਾਰਨ ਬਣੀ ਇਹਦਾ। ਹੁਣ ਜਿਹੜੀਆਂ ਪੋਸਟਾਂ ਨਿਕਲੀਆਂ 4002 ਤਕਰੀਬਨ ਕਾਂਸਟੇਬਲਸ ਦੀਆਂ, ਇਹਦੇ 'ਚ ਮੈਂ ਹੈਰਾਨ ਹੋਈ ਆ ਕਿ ਕਾਂਸਟੇਬਲ ਦੀ ਬੇਸਿਕ ਰਿਕੁਆਇਰਮੈਂਟ ਮੈਟ੍ਰਿਕ ਹੈ, ਪੋਸਟ ਗ੍ਰੈਜੂਏਟ ਬੱਚੇ ਜਿਹੜੇ ਉਹਨੇ ਪਰਚਾ ਭਰਿਆ, ਬਿਲਕੁਲ ਉਹਨੇ ਫਾਰਮ ਭਰਿਆ ਕਿ ਅਸੀਂ ਕਾਂਸਟੇਬਲ ਲੱਗਣੇ ਤਿਆਰ ਆ, ਸਾਨੂੰ ਵਰਦੀ ਪਾਉਣ ਦਾ ਜਜ਼ਬਾ ਆਇਆ, ਅਸੀਂ ਪੂਰੀ ਜ਼ਿੰਦਗੀ ਆਪਣੀ ਜਿਹੜੀ ਹੈ ਪੜ੍ਹਾਈ ਖਪਾਈ ਹੋਈ ਹੈ, ਮਸਾਂ ਮਰੀਏ ਮੌਕਾ ਆਇਆ, ਸਾਨੂੰ ਮੌਕਾ ਮਿਲਣਾ ਚਾਹੀਦਾ। ਲੇਕਿਨ ਅਫਸੋਸ ਕਿ ਜਿਹੜਾ ਸੈਟਅਪ ਫਾਰਮੈਟ ਹੋਇਆ ਉਹਦੇ ਵਿੱਚ ਕੁਦਰ ਕੁਦਰ ਤਰੁੱਟੀਆਂ ਸੀ, ਔਰ ਸਭ ਤੋਂ ਵੱਡੀ ਤਰੁੱਟੀ ਜਿਹੜੀ ਏਜ ਦੀ ਤੁਸੀਂ ਰੱਖੀ ਉੜਿਆ, ਉਹਦੇ 'ਚ ਕੋਈ 21 ਤੋਂ ਲਈਏ ਜਾਂ 31 ਹੋਣਾ ਚਾਹੀਦਾ ਹਾ, ਤੁਸੀਂ 18 ਤੋਂ 28 ਰੱਖੀ ਉੜਿਆ, ਜਦਕਿ ਉਹ ਚਾਹੀਦਾ 21 ਤੋਂ 31 ਦਾ, ਚਾਹੇ ਕਾਂਸਟੇਬਲ ਹੋਏ
ਤੇ ਚਾਹੇ ਹੋਏ ਸਬ ਇੰਸਪੈਕਟਰ ਦਾ ਉਸਕੋ, ਔਰ ਸਬ ਇੰਸਪੈਕਟਰ ਦਾ ਇੱਕ ਟੈਕਨੀਕਲ ਗੱਲ ਆਉਂਦੀ ਹੈ ਕਿ ਬੱਚਾ 21 ਸਾਲ ਦੀ ਉਮਰ 20 ਸਾਲ ਦੀ ਉਮਰ ਤੋਂ ਪਹਿਲਾਂ ਗ੍ਰੈਜੂਏਟ ਨਹੀਂ ਹੁੰਦਾ, ਉਹਦੀ ਬੇਸਿਕ ਰਿਕੁਆਇਰਮੈਂਟ ਗ੍ਰੈਜੂਏਸ਼ਨ। ਤੁਸੀਂ 18 ਸਾਲ ਦੇ ਬੱਚੇ ਕੋਲ ਕੀ ਉਮੀਦ ਰੱਖੋਗੇ? ਲੇਕਿਨ ਫਿਰ ਉੱਥੇ ਜਿਹੜੇ ਕੋਈ ਜਾਣਕਾਰ ਨੇ ਉਹ ਆਖਦੇ ਨਹੀਂ ਜੀ 28 ਵੀ ਤਾਂ ਹੈ। ਬਈਆ 28 ਦਾ ਮਤਲਬ ਇਹ ਹੈ ਤੁਸੀਂ 3 ਸਾਲ ਉਹਦੇ ਪਹਿਲਾਂ ਖਾਈ ਉੜੇ, 21 ਸਾਲ ਦੇ ਬਾਅਦ ਕੇ ਕੁਆਲੀਫਾਈ ਕਰਦਾ ਨਾ। ਬਿਲਕੁਲ, ਤੇ ਤੁਸੀਂ ਉਸ ਦਿੱਤੇ 7 ਸਾਲ ਸਾਰੇ, 10 ਸਾਲ ਨਹੀਂ ਦਿੱਤੇ ਨਾ। ਉਹ ਅਸੀਂ ਡਿਮਾਂਡ ਰੱਖੀ ਐਲ ਜੀ ਸਾਹਿਬ ਦੇ ਅੱਗੇ ਕਿ ਸਬ ਇੰਸਪੈਕਟਰ ਦੀ ਪੋਸਟ ਲਈ 21 ਸਾਲ ਤੋਂ ਲਈ 31 ਸਾਲ ਜਿਹੜੀ ਏਜ ਕਰੋ, ਔਰ ਗ੍ਰੈਜੂਏਸ਼ਨ ਉਹਦੀ ਬੇਸਿਕ ਕੁਆਲੀਫਿਕੇਸ਼ਨ ਰੱਖੋ। ਕੌਨਸਟੇਬਲ ਦੇ ਲਈ ਜਿਹੜਾ ਤੁਸੀਂ, ਕਿਉਂਕਿ ਕਰੋਨਾ ਪੀਰੀਅਡ ਰਿਹਾ, ਇੱਕ ਟਰਮੋਇਲ ਰਿਹਾ, ਬੱਚੇ ਸਫ਼ਰ ਕੀਤੇ ਦਾ, ਜਿਹਨਾਂ 8 ਸਾਲ ਪਹਿਲੇ ਦੌੜ ਕੱਢੀ ਸੀ ਵਿੱਚੋਂ ਪ੍ਰਿਆਸ ਕਰਨ ਦਾ, ਅੱਜ ਥੋੜ੍ਹਾ ਜਿਹਾ ਵਿਚਾਰਾ ਓਵਰੇਜ ਹੋ ਵਾਲਾ, 6 ਮਹੀਨੇ ਸਾਲ ਡੇਢ ਸਾਲ ਦਾ ਫਰਕ ਹੈ, ਉਹਨੇ ਕਿ 2.5-3 ਸਾਲ ਦਾ ਰਿਲੈਕਸੇਸ਼ਨ ਦੇ ਦਿਓ, ਉਹਦੇ ਬਾਅਦ ਜਿਹੜੀ ਰਿਕਰੂਟਮੈਂਟ ਰੈਗੂਲਰ ਹੋਊ ਉਹਦੇ 'ਚ ਨਹੀਂ ਮੰਗੇ। ਅਤੇ ਮੈਨੂੰ ਲੱਗਦਾ ਐਲ ਜੀ ਸਾਹਿਬ ਨੇ ਬੜੀ ਪੇਸ਼ੈਂਟ ਹੇਅਰਿੰਗ ਦਿੱਤੀ ਹੈ, ਉਹਨੇ ਵੀ ਐਗਰੀ ਕੀਤਾ ਕਿ ਸ਼ਾਇਦ ਉਹਦੇ ਟੇਬਲ ਤੱਕ ਗੱਲ ਪਜਾਣੇ 'ਚ ਕੋਈ ਦੇਰੀ ਜ਼ਰੂਰ ਹੋਈ ਹੈ। ਉਹ ਆ ਕਿਹਾ ਕਿ ਜਿਹੜੀ ਸਰਕਾਰ ਬਣੀ ਗਈ ਅਤੇ ਇਹਨੇ ਬੱਚੇ ਨੂੰ ਲੱਗਾ ਕਿ ਹੁਣ ਚੀਫ ਮਿਨਿਸਟਰ ਆਈ ਹੈ, ਹੁਣ ਜੋ ਕਰਨਾ ਇਹਨਾਂ ਕਰਨਾ। ਸਰਕਾਰ ਦੇ ਇੱਕ ਸੈਟਅਪ ਨੇ ਉਹਦੇ ਬੱਚੇ ਕੀ ਸ਼ਾਇਦ ਗੁੰਮਰਾਹ ਵੀ ਕੀਤਾ। ਉਹ ਇਹਨੇ ਆਖਦੇ ਰਹੇ ਜੀ ਹੋਮ ਡਿਪਾਰਟਮੈਂਟ ਐਲ ਜੀ ਸਾਹਿਬ ਕੋਲ ਹੈ, ਐਲ ਜੀ ਸਾਹਿਬ ਨੇ ਕਰਨਾ। ਸ਼ਾਇਦ ਸਮਾਂ ਹੋਵੇ ਐਲ ਜੀ ਸਾਹਿਬ ਤੱਕ ਨਹੀਂ ਪੁੱਜੀ ਸਕੇ, ਪਰ ਹੁਣ ਜ਼ਿਲ੍ਹੇ ਪੁੱਜਣ। ਐਲ ਜੀ ਸਾਹਿਬ ਨੇ ਬੜੀ ਪੇਸ਼ੈਂਟ ਹੇਅਰਿੰਗ ਦਿੱਤੀ ਹੈ, ਸਾਡੇ ਸਟੇਟ ਪ੍ਰੈਜ਼ੀਡੈਂਟ ਸਰ ਸ਼ਰਮਾ ਜੀ ਸਾਹਿਬ ਵੀ ਜੰਮੂ ਦੇ ਬੜੇ ਵਿਸ਼ੇ ਲਈ ਉਹਦੇ ਕੋਲ ਗਏ ਰਹੇ, ਉਹਦੇ ਵਿੱਚ ਇਹ ਵੀ ਵਿਸ਼ੇ ਆ। ਅਤੇ ਐਲ ਜੀ ਸਾਹਿਬ ਨੇ ਆਖਿਆ ਜੀ ਮੇਰੇ ਕੋਲ ਜਿੰਨਾ ਮੈਕਸੀਮਮ ਹੋਊਗਾ, ਕਿਉਂਕਿ ਹੁਣ ਦੋ ਜਿਹੜੀ ਸੈਕਸ਼ਨ ਜਿਹੜੀਆਂ ਉਹ ਐਡਰੈਸ ਕਰਨੀ ਆ, ਇੱਕ ਗੌਰਮੈਂਟ ਹੈ ਜਿਸ ਉਮਰ ਅਬਦੁੱਲਾ ਐਡ ਕਰਾ ਦੇ, ਇੱਕ ਐਲ ਜੀ ਹੈ ਰਾਜ ਭਵਨ ਹੈ ਜਿਹੜੀ ਐਲ ਜੀ ਸਾਹਿਬ ਐਡ ਕਰਾ ਦੇਣ, ਅਤੇ ਉਹਦੇ ਵਿੱਚ ਦੋਨਾਂ ਦੇ ਵਿੱਚ ਕਸ਼ਮਕਸ਼ ਨਹੀਂ ਹੋਣਾ ਚਾਹੀਦਾ। ਲੀਗਲ ਐਸਪੈਕਟ ਵੀ ਇਨਵੋਲਵ ਹੋਈ ਆ ਕਿ ਲੀਗਲੀ ਗੌਰਮੈਂਟ ਦੀ ਜਿਹੜੀ ਰਿਕਮੈਂਡੇਸ਼ਨ ਹੈ ਉਸੀ ਐਲ ਜੀ ਐਡਮਿਨਿਸਟ੍ਰੇਸ਼ਨ ਡਾਇਵਰਟ ਕਰ ਸਕਦੀ ਕਿ ਨਹੀਂ ਕਰ ਸਕਦੀ, ਉਹ ਦੋ ਤਿੰਨ ਚੀਜ਼ਾਂ ਪਹਿਲੂ ਡਿਸਕਸ ਕਰਨਗੇ। ਮੈਨੂੰ ਲੱਗਦਾ ਹੈ ਕਿ ਐਲ ਜੀ ਸਾਹਿਬ ਦਾ ਬੜਾ ਪੋਜ਼ਿਟਿਵ ਨੇਚਰ ਹੈ, ਔਰ ਉਹਨੇ ਹਮੇਸ਼ਾ ਪ੍ਰਯਾਸ ਕੀਤਾ ਕਿ ਜੰਮੂ ਕਸ਼ਮੀਰ ਦੇ ਹਰ ਖਿੱਤੇ ਕੰਨੇ, ਹਰ ਸੈਕਸ਼ਨ ਆਫ ਸੋਸਾਇਟੀ, ਕਿਆ ਉਹ ਨੌਜਵਾਨ ਹੋ, ਕਿਆ ਉਹ ਬਜ਼ੁਰਗ ਹੋਣ, ਭੈਣਾਂ ਹੋਣ, ਭਰਾ ਹੋਣ, ਉਹਨੇ ਕੀ ਇਨਸਾਫ਼ ਮਿਲਣਾ ਚਾਹੀਦਾ। ਮੈਨੂੰ ਲੱਗਦਾ ਕਿ ਕੁਛ ਨਾ ਕੁਛ ਪੋਜ਼ਿਟਿਵ ਹੋਏਗਾ। ਰੰਧਾਵਾ ਸਾਹਿਬ, ਪਿਛਲੇ ਦਿਨ ਅਸੀਂ ਦੇਖਿਆ ਕਿ ਇੱਕ ਨੋਟੀਫਿਕੇਸ਼ਨ ਨਿਕਲੀ ਹੈ ਜਿਹਦੇ 'ਚ ਲੈਕਚਰਾਰੇ ਦੀਆਂ ਜਿਹੜੀਆਂ ਪੋਸਟਾਂ ਹਨ ਉਹਨੇ ਕੀ ਭਰਿਆ ਜਾਣਾ ਹੈ, ਲੇਕਿਨ ਡੋਗਰੀ ਗੀ ਤ੍ਰੈ, ਸੰਸਕ੍ਰਿਤ ਗੀ ਇੱਕ ਨਹੀਂ, ਹਿੰਦੀ ਜਿਹੜੀ ਰਾਸ਼ਟਰ ਭਾਸ਼ਾ ਹੈ ਉਸੀ ਵੀ ਇੱਕ ਨਹੀਂ ਹੈ, ਪੰਜਾਬੀ ਤੁਸ ਵੀ ਉਤਰੇ ਹੋ, ਕਿਆ ਲੱਗਾ ਨਹੀਂ ਕਰਿਆ ਕਰਦਾ ਤੁਸੀਂ ਕਿ ਹੁਣ ਵੀ ਉਹ ਸਾਹਿਬ ਉਹ ਕਰਦਾ ਹੈ ਜਿਹੜਾ ਪਹਿਲੀਆਂ ਸਰਕਾਰਾਂ 'ਚ ਹੁੰਦਾ? ਦੇਖੋ ਗਲਤ ਨਿਰਣੇ ਹੈ, ਔਰ ਕਈ ਭਾਸ਼ਾਵਾਂ 'ਚ ਐਸੀਆਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਟਾਵੇਂ ਸਕੂਲੇ ਪੜ੍ਹਾਈ ਜਾਂਦੀਆਂ ਨੇ, ਉਹਦੇ 'ਚ ਬਹੁਤ ਜ਼ਿਆਦਾ। ਉਹਦੀ ਪਾਪੂਲੇਸ਼ਨ ਜਿਹੜੀ ਦੇਸ਼ ਸਾਡੇ ਜੰਮੂ ਕਸ਼ਮੀਰ ਦੀ ਪਾਪੂਲੇਸ਼ਨ 1.25 ਕਰੋੜ ਵਿੱਚੋਂ ਜਿਹੜੇ ਅਰੇਬਿਕ ਬੋਲਣ ਵਾਲੇ ਲੋਕ ਨਾ ਉਹ 181 ਨੇ ਸਰ, ਸਿਰਫ 181 ਔਰ ਪੋਸਟਾਂ ਉਹਦੇ ਲਈ 3 ਪੋਸਟਾਂ ਕੱਢੀ, ਮਤਲਬ 181, ਪਤਾ ਨਹੀਂ ਉਹ 10+2 ਲਈ ਕੁਆਲੀਫਾਈ ਵੀ ਕਰਦੇ ਕਿ ਨਹੀਂ ਕਰਦੇ, ਲੇਕਿਨ ਪੋਸਟਾਂ ਕੱਢੀ ਹੋਈਆਂ। ਹਾਲੇ ਡੋਗਰੀ ਪੜ੍ਹਨਾ ਬੱਚੇ ਚਾਹੁੰਦੇ ਸਕੂਲੇ 'ਚ ਹੈ ਹੀ ਨਹੀਂ, ਪੜ੍ਹਾਉਣੇ ਵਾਲਾ ਕੋਈ ਨਹੀਂ, ਪਰਸ਼ੀਅਨ ਦੀ 4 ਉਹ ਬੱਚੇ ਮੇਰੇ ਕੋਲ ਆਏ, ਅਸੀਂ ਬੱਚਿਆਂ ਦੇ ਲਈ ਇੱਕ ਪ੍ਰੋਟੈਸਟ ਵੀ ਕੀਤਾ, ਉਮਰ ਅਬਦੁੱਲਾ ਸਾਹਿਬ ਤੱਕ ਗੱਲ ਪਜਾਈ ਗਈ ਹੈ ਕਿ ਇਸ ਚੀਜ਼ ਕੀ ਇੱਥੇ ਰੋਕੋ, 47 ਪੋਸਟਾਂ 20 ਜੂਨ 2024 ਕੀ ਉਸ ਵੇਲੇ ਐਲ ਜੀ ਐਡਮਿਨਿਸਟ੍ਰੇਸ਼ਨ ਹੀ, ਉਹਨੇ ਹਿੰਦੀ ਦੇ 10+2 ਦੇ ਲੈਕਚਰ ਜਿਹੜੇ ਕੰਟਰੈਕਚੁਅਲ ਲਾਏ, ਕੰਟਰੈਕਚੁਅਲ ਇਹਦਾ ਮਤਲਬ 47 ਲੋਕਾਂ ਕੋਲ ਤੁਸੀਂ ਕੰਮ ਲੈ ਰਹੇ ਹੋ, 47 ਪੋਸਟਾਂ ਦਿੱਤੀ ਹੋਈਆਂ ਨਾ ਫਿਰ, ਬਿਲਕੁਲ 47 ਪੋਸਟਾਂ ਜਿਹੜੇ ਪੇਰੀਆਂ ਸੀ ਤੁਸੀਂ ਨਿਲਗੀਆਂ ਕਿੱਦਾਂ ਹਿੰਦੀ, ਔਰ ਉਹ ਵੀ ਮਾਤਰ ਭਾਸ਼ਾ। 500 ਤੋਂ ਉੱਪਰ ਬੱਚਾ ਇਸ ਵੇਲੇ ਪੋਸਟ ਗ੍ਰੈਜੂਏਟ ਹਿੰਦੀ ਵਿੱਚ ਤਿਆਰ ਬੈਠੇ ਦਾ, ਜਿਹੜਾ ਓਵਰੇਜ ਹੋ ਰਹਾ
ਔਰ ਉਹ ਡਿਜ਼ਰਵ ਕਰਦਾ। ਅਸੀਂ ਤਾਂ ਆਖਿਆ ਨਹੀਂ ਕਿ 200 ਪੋਸਟਾਂ ਤੁਸੀਂ ਕੱਢੋ, ਕਿਉਂਕਿ ਵੈਕੈਂਸੀ ਵੀ ਹੈ, ਜ਼ਰੂਰਤ ਵੀ ਹੈ। ਔਰ ਮੈਨੂੰ ਲੱਗਦਾ ਹੈ ਕਿ ਐਲ ਜੀ ਸਾਹਿਬ ਤੱਕ ਇਹ ਵੀ ਗੱਲ ਬੜੀ ਪੋਜ਼ੀਟਿਵਲੀ ਕਹਿ ਰਹੀ ਹੈ, ਸ਼ਾਇਦ ਇਹਦਾ ਵੀ ਇਸ਼ੂ ਟੇਕਅਪ। ਔਰ ਸੰਸਕ੍ਰਿਤ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਐਲ ਜੀ ਸਾਹਿਬ ਆਪੂ ਜੀ, ਉਹਦੇ ਐਲ ਜੀ ਸਾਹਿਬ ਤੇ ਸੰਸਕ੍ਰਿਤ ਦੇ ਵਿਦਿਆਰਥੀ ਨੇ, ਬਿਲਕੁਲ। ਔਰ ਇੱਕ ਵੀ ਤੁਸੀਂ ਪੋਸਟਿੰਗ ਦੇ ਲਈ ਕੱਢੀ ਹੈ, ਔਰ ਮੈਨੂੰ ਲੱਗਦਾ ਹੈ ਕਿ ਐਲ ਜੀ ਸਾਹਿਬ ਇਹਦਾ ਸੀਰੀਅਸਲੀ ਸੰਗਿਆਨ ਲੈਣਗੇ। ਔਰ ਇਸ ਜਿਹੜਾ ਨੋਟੀਫਿਕੇਸ਼ਨ ਪੀ ਐੱਸ ਸੀ ਦਾ ਨਿਕਲਿਆ 12 ਨਵੰਬਰ ਕੀ, ਇਸ ਵਿਦਿਆਲਡ ਕਰੀਏ, ਰਿਵਾਈਜ਼ ਕਰੀਏ, ਇਹਦੇ ਹਿੰਦੀ ਔਰ ਸੰਸਕ੍ਰਿਤ ਐਡ ਕਰਨਾ, ਡੋਗਰੀ ਔਰ ਪੰਜਾਬੀ ਦਾ ਅੰਕੜਾ ਵਧਾਉਣਾ, ਤਾਂ ਉਹਦੇ ਬਾਅਦ ਉਹ ਸਰਵਿਸ ਜਿਹੜੀ ਪੋਸਟ ਐਡਵਰਟਾਈਜ਼ ਹੋਣਗੀਆਂ। ਅਤੇ ਮੈਨੂੰ ਲੱਗਦਾ ਇਨਸਾਫ ਜਿਹੜਾ ਹੈ ਦੋਨੋਂ ਖਿੱਤੇ ਕਿੰਨੇ ਬਰਾਬਰ ਹੋ। ਵਿਕਰਮ ਜੀ, ਤੁਸੀਂ ਵਿਧਾਨ ਸਭਾ ਹਲਕਾ ਜਿਹੜਾ ਬਹੁ ਹੈ ਉਸ ਦੇ ਵਿਧਾਇਕ ਹੋ, ਕੀ ਪ੍ਰਾਥਮਿਕਤਾ ਤੁੰਦੀਆਂ ਆਵਾਮ ਦੀ? ਦੇਖੋ, ਬਹੁ ਵਿਧਾਨ ਸਭਾ ਖੇਤਰ ਸਾਡਾ ਗਾਂਧੀਨਗਰ ਵਿਧਾਨ ਸਭਾ ਖੇਤਰ ਵਿੱਚੋਂ ਕਠੋਏ ਦਾ, ਬਿਲਕੁਲ। ਇਹਦੇ 'ਚ ਨਵਾਂ ਕੋਈ ਏਰੀਆ ਨਹੀਂ ਹੋਇਆ, ਕੁਛ ਪੋਰਸ਼ਨ ਸਾਡਾ ਸਾਊਥ ਗੁਰੇ ਚਲੀ ਆ, ਬੜਾ ਅੱਛਾ ਕੌਨਸਟੀਚੁਐਂਸੀ ਦਾ ਏਰੀਆ। ਮੇਰਾ ਸੁਭਾਗ ਹੈ ਕਿ ਮੇਰੇ ਪਿਤਾ ਜੀ ਇੱਥੇ ਦੇ ਵਿਧਾਇਕ ਰਹਿਣ, ਸਾਡੇ ਪਾਰਟੀ ਦੇ ਸੀਨੀਅਰ ਲੀਡਰ ਕਵਿੰਦਰ ਗੁਪਤਾ ਜੀ ਵੀ ਇੱਥੇ ਦੇ ਵਿਧਾਇਕ ਰਹਿਣ, ਔਰ ਉਹਨਾਂ ਨੇ ਜਿੰਨਾ ਟੈਨਰ ਵੀ ਉਹਨੇ ਮਿਲਿਆ ਉਹਨੇ ਪੂਰੀ ਕੌਨਸਟੀਚੁਐਂਸੀ ਕਰਨੇ, ਇਨਸਾਫ ਕਰਨੇ ਦਾ ਪ੍ਰਯਾਸ ਵੀ ਕੀਤਾ। ਅੱਜ ਮੈਂ ਕਈ ਜਗ੍ਹਾ ਕੰਮੇ ਉੱਪਰ ਜਾ ਰਿਹਾ, ਜਿਹੜੇ ਸ਼ਹਿਰ ਉਹਦੇ ਪ੍ਰਯਾਸ ਕੀਤੇ ਦੇ ਕੰਮ, ਇਹ ਸਾਡੇ ਕੌਂਸਲਰ ਦੇ ਪ੍ਰਯਾਸ ਕੀਤੇ ਦੇ ਕੰਮ ਹੈ ਜਿਹਦਾ ਅਸੀਂ ਸ਼ੁਰੂਆਤ ਕਰਵਾਉਂਦੇ ਹਾਂ। ਇੱਕ ਸਮਨਵੇ ਹੁੰਦਾ ਆਪਸ 'ਚ, ਜਿਹੜਾ ਕਮਿਊਨੀਕੇਸ਼ਨ ਹੁੰਦਾ ਉਹ ਹੁੰਦਾ। ਮੈਨੂੰ ਲੱਗਦਾ ਕਿ ਬਹੁ ਵਿਧਾਨ ਸਭਾ ਖੇਤਰ ਸਾਡੀ ਅਸਰ ਦੇਖੇ ਅਗਰ ਤਾਂ ਟੂਰਿਜ਼ਮ ਦੇ ਪੁਆਇੰਟ ਆਫ ਵਿਊ ਨਾਲ ਇੱਕ ਅੱਛੇ ਤਰੀਕੇ ਨਾਲ ਤਿਆਰ ਕੀਤੀ ਜਾ ਸਕਦੀ ਹੈ, ਰਿਲੀਜੀਅਸ ਟੂਰਿਜ਼ਮ ਜਿਹੜਾ ਹੈ, ਬਿਲਕੁਲ। ਕਿਉਂਕਿ ਮੇਰਾ ਬੜਾ ਇੱਕ ਮਨ ਹੈ ਕਿ ਅਸ ਕੁਜਵਾਨੀ ਤੋਂ ਲਈਏ ਅਤੇ ਕਟੜਾ ਤੱਕ ਦਾ ਰਿਲੀਜੀਅਸ ਕੋਰੀਡੋਰ ਜਿਹੜਾ ਜੰਮੂ ਦਾ ਤਿਆਰ ਹੋਣਾ ਚਾਹੀਦਾ। ਤਿਰੁਪਤੀ ਦਾ ਸਥਾਨ ਆਈ ਹੈ, ਹੋਰ ਜਿਹੜੇ ਜਿਹੜੇ ਵੀ ਅਕਸ਼ਰਧਾਮ ਦਾ ਮੰਦਿਰ ਹੈ ਜਾਂ ਜਿਹੜੇ ਸਾਡੇ ਦੇਸ਼ 'ਚ ਮੰਨੇ ਜਾਂਦੇ ਨੇ, ਪੂਰੀ ਉੜੀਸਾ ਦਾ ਸਥਾਨ ਹੈ, ਉਹ ਸੰਸਥਾਏ ਕੀ ਅਪਰੋਚ ਕਰੀਏ, ਉਹਨੇ ਲੋਕੀ ਕਹਿੰਗੇ ਵੀ 500-500 ਕਨਾਲ ਜ਼ਮੀਨ ਦਵਾਈਏ, ਜਿਹੜੀ ਸਰਕਾਰੀ ਜ਼ਮੀਨ ਹੈ ਜਿਹੜੀ ਕਬਜ਼ੇ ਹੋਦੀ ਹੈ, ਬਿਲਕੁਲ। ਇਹ ਪੂਰਾ ਕੋਰੀਡੋਰ ਜਿਹੜਾ ਹੈ ਕੁੰਜਵਾਨੀ ਟੂ ਲਈ ਕਟੜਾ ਤੱਕ, ਮਾਤਾ ਵੈਸ਼ਨੋ ਦੇਵੀ ਦੇ ਚਰਨੇ ਤੱਕ ਜਿਹੜਾ ਰਿਲੀਜੀਅਸ ਕੋਰੀਡੋਰ ਬਣੀ ਹੈ, ਤਾਂ ਕਿ ਰਿਲੀਜੀਅਸ ਟੂਰਿਜ਼ਮ ਜਿਹੜਾ ਜੰਮੂ ਦਾ ਵਧੇਗਾ। ਅਤੇ ਡੈਫੀਨੇਟਲੀ ਜੇ ਰਿਲੀਜੀਅਸ ਟੂਰਿਜ਼ਮ ਵਧੇਗਾ ਤਾਂ ਰੁਜ਼ਗਾਰ ਦੇ ਵੀ ਸਾਧਨ ਵਧਣਗੇ। ਬਾਕੀ ਜਿਹੜਾ ਤੁਹਾਡਾ ਰੂਟੀਨ ਟੂਰਿਸਟ ਜੰਮੂ ਦੇ ਵਿੱਚ ਬੜਾ ਜ਼ਿਆਦਾ ਅਟਰੈਕਟ ਨਹੀਂ ਹੁੰਦਾ ਹੈ, ਗੌਰਮੈਂਟ ਆਉਣ ਵਾਲੇ ਟਾਈਮ ਦੇ ਵਿੱਚ ਪਤਨੀਟਾਪ, ਸੁਰਿੰਦਰ, ਮਾਨਸਰ ਕੀ ਅਗਰ ਅੱਛੇ ਤਰੀਕੇ ਨਾਲ ਤਿਆਰ ਕਰੇ, ਇਹ ਬੜਾ ਬਿਹਤਰੀਨ ਬਣ ਸਕਦਾ। ਭੱਦਰਵਾਹ ਕੀ ਲੋਕ ਮਿੰਨੀ ਸਵਿਜ਼ਰਲੈਂਡ ਆਖਦੇ ਨੇ, ਲੇਕਿਨ ਉੱਥੇ ਹੈ ਕੁਛ ਨਹੀਂ। ਅਗਰ ਉੱਥੇ ਐਸਟੈਬਲਿਸ਼ਮੈਂਟਸ ਕੀਤੀ ਜਾਣ, ਮਲਟੀਨੈਸ਼ਨਲ ਕੰਪਨੀਜ਼ ਲਿਆਈ ਜਾਣ, ਵੱਡੇ ਵੱਡੇ ਹੋਟੇ ਹੋਟਲਸ ਬਣਨ, ਚੈਰੀ ਦੀ ਗੱਲ ਕਰਚਾ, ਮੋਂਗਰੀ ਦੀ ਕਰਚਾ, ਸਾਮਣਾ ਬੱਜ ਦੀ ਗੱਲ ਕਰਚਾ, ਡਿਵੈਲਪਮੈਂਟ ਕੋਈ ਨਹੀਂ ਹੈ, ਲੇਕਿਨ ਇੰਨਾ ਜ਼ਬਰਦਸਤ ਮੌਸਮ ਹੈ, ਹਾਂ ਨੇਚਰ ਹੈ, ਬਿਲਕੁਲ ਨੇਚਰ ਹੈ। ਔਰ ਨੇਚਰ ਕੀ ਸਿਰਫ ਉੱਥੇ ਸਮੇਟਣੇ ਦੀ ਜ਼ਰੂਰਤ ਹੈ, ਬਿਲਕੁਲ। ਟੂਰਿਸਟ ਆਉਣੇ ਤਿਆਰ ਹੈ, ਟੂਰਿਸਟ ਉੱਥੇ ਰਹਿਣੇ ਹੀ ਤਿਆਰ ਹੈ, ਟੂਰਿਸਟ ਜਿਹੜੇ ਬਾਹਰ ਦੇ ਨੇ ਉਹ ਇਨਵੈਸਟ ਕਰਨੇ ਵੀ ਤਿਆਰ ਨੇ। ਗੌਰਮੈਂਟ ਕੁਛ ਇਨਫਰਾਸਟ੍ਰਕਚਰ ਦੇਣਾ ਚਾਹੀਦਾ ਨਾ, ਪਤਨੀਟਾਪ ਦੀ ਹਾਲਤ ਤਬਾਹੀ ਹੋਈ ਹੈ, ਪਤਨੀਟਾਪ ਦੀ ਸੜਕਾਂ ਤੋਂ ਗੰਦਗੀ ਦੇ ਢੇਰ ਲੱਗੇ, ਗੰਦਗੀ ਦੇ ਢੇਰ ਲੱਗੇ, ਉਹ ਚੀਜ਼ਾਂ ਬੜੀਆਂ। ਬਾਕੀ ਬਹੁ ਵਿਧਾਨ ਸਭਾ ਖੇਤਰ ਹਰ ਵਿਧਾਇਕ ਦਾ ਇੱਕ ਖਾਬ ਵੀ ਹੁੰਦਾ ਹੈ, ਉਹਦੀ ਕੋਸ਼ਿਸ਼ ਵੀ ਹੁੰਦੀ ਹੈ ਕਿ ਮੇਰਾ ਵਿਧਾਨ ਸਭਾ ਖੇਤਰ ਇੱਕ ਮਾਡਲ ਵਿਧਾਨ ਸਭਾ ਖੇਤਰ ਬਣਨਾ ਚਾਹੀਦਾ। ਉਸੇ ਤਰੀਕੇ ਨਾਲ ਮੈਂ ਵੀ ਇਹ ਗੱਲ ਆਖਾਂ, ਲੇਕਿਨ ਅਸੀਂ ਕੰਮ ਕਰਨੇ 'ਚ ਵਿਸ਼ਵਾਸ ਰੱਖਦੇ ਹਾਂ। ਸਾਨੂੰ ਲੋਕੇ ਬੜਾ ਜ਼ਿਆਦਾ ਵਿਸ਼ਵਾਸ ਕੀਤਾ ਸਾਡੇ ਉੱਪਰ, ਬੜੀਆਂ ਨਾਰਾਜ਼ਗੀਆਂ ਸੀ, ਉਹਦੇ ਬਾਵਜੂਦ ਵੀ ਇੰਨਾ ਖੁੱਲ੍ਹੀ ਵੋਟ ਬੀਜੇਪੀ ਕੀ ਮਿਲਣਾ ਔਰ ਬਲਕ 'ਚ ਮਿਲਣਾ, ਫਿਰ ਸੀਟਾਂ ਵੀ ਅਸ 29 ਤੱਕ ਲਈਏ, ਔਰ ਬੜੀ ਚਿਰੇ ਜਿਹੜੀ ਹੈ ਟਿਕਟਾਂ ਧੋਈਆਂ, ਹਾਂ ਉਹ ਵੀ ਇੱਕ ਰੀਜ਼ਨ ਦੇ ਆ, ਕੰਪੇਨ ਦਾ ਸਮੇਂ ਵੀ, ਹਾਂ ਕੁਝ ਨਹੀਂ 12-13 ਦਿਨ ਮਿਲੇ ਸਾਰੇ, ਲੇਕਿਨ ਸਾਡਾ ਇਹ ਕਿਉਂਕਿ ਕੈਡਰ ਬੇਸ ਕਾਰਯਕਰਤਾ ਹੈ,
ਸਾਡਾ ਕੈਡਰ ਮਜ਼ਬੂਤ ਆ, ਸਾਡੇ ਜ਼ਿਲ੍ਹੇ ਦੀ ਟੀਮ, ਮੰਡਲੇ ਦੀ ਟੀਮ, ਮੰਡਲ ਅਧਿਕਸ਼ ਥੱਲੇ ਕੰਮ ਅੱਛੇ ਕੀਤੇ ਰਹੇ, ਸਾਡਾ ਪੋਲਿੰਗ ਬੂਥ ਦਾ ਸਟਰਕਚਰ ਮਜ਼ਬੂਤ ਆ, ਅਤੇ ਅਸੀਂ ਥੱਲੇ ਤੱਕ ਜਾਣੇ 'ਚ ਕੋਈ ਮੁਸ਼ਕਿਲ ਨਹੀਂ ਹੋਈ। ਔਰ ਸਾਡੀ ਵੱਡੀ ਗੱਲ ਇਹ ਕਿ ਮੇਰੀ ਆਪਣੀ ਕੋਰ ਕੌਨਸਟੀਚੁਐਂਸੀ, ਉਹਨੇ ਕਾਰਨ ਕੋਈ ਇਹ ਨਾਮ ਨਵਾਂ ਹੈ, ਵਿਅਕਤੀ ਨਵਾਂ ਹੈ, ਤਾਂ ਉਹ ਚੀਜ਼ ਨਹੀਂ ਆਈ ਵਿੱਚ, ਤਾਂ ਉਹ ਸਾਰਾ ਪਰਿਵਾਰ ਜਦ ਹੋਈ ਨਹੀਂ ਗਈ ਨਾ। ਨਹੀਂ ਉਹ ਚਲੋ ਇੱਕ ਪਿਤਾ ਜੀ ਦਾ ਆਸ਼ੀਰਵਾਦ ਹੈ ਜੀ, ਉਹ ਰਾਜਨੀਤੀ ਕੀ ਨਹੀਂ ਰਹੇ ਕਦੇ ਵੀ, ਲੇਕਿਨ ਉਹਨੇ ਪ੍ਰਯਾਸ ਕੀਤਾ ਆਪਣੇ ਟੈਨਿਊਰ ਦੇ ਵਿੱਚ ਆਪਣੇ ਲੋਕਾਂ ਕਨੇ ਇਨਸਾਫ ਕਰਨ ਦਾ, ਉਹਦੇ 'ਚ ਉਹ ਕਾਮਯਾਬ ਵੀ ਹੋਏ। ਅਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਜ਼ਿੰਮੇਵਾਰੀ ਮੈਂ ਬਹੁ ਵਿਧਾਨ ਸਭਾ ਖੇਤਰ ਦੇ ਲੋਕਾਂ ਦਿੱਤੀ ਹੈ, ਮੈਂ ਇਮਾਨਦਾਰੀ ਕਨੇ ਆਪਣਾ 100% ਦੇਈਏ ਉਹਦੇ ਕਨੇ ਇਨਸਾਫ ਕਰਕੇ। ਅਰਦਾਸ ਸਾਹਿਬ ਗੱਲ ਕਰ ਚਾਸ ਬਾਵੇ ਵਾਲੀ ਮਾਤਾ ਦੀ, ਅਤੇ ਦੇਸਾਂ ਦੇ ਹਰ ਕੋਨੇ 'ਚ ਲੋਕ ਉੱਥੇ ਆਉਂਦੇ ਨੇ, ਲੇਕਿਨ ਅਗਰ ਵਿਵਸਥਾ ਦੇਖਿਆ ਕੋਈ ਡਿਵੈਲਪਮੈਂਟ ਦੀ, ਖਾਸ ਤੌਰ ਵਿਕਾਸ ਦੀ ਗੱਲ ਕਰਚੇ, ਤਾਂ ਮੀਂਹ ਨਹੀਂ ਲੱਗਦਾ ਕਿ ਕਿਸੇ ਹੈ। ਕੰਨਾ ਇੱਕ ਪਾਰਕ ਬਣੇ ਦਾ ਹਾਂ ਬੱਚੇ ਦਾ ਹੀ, ਉਹ ਵੀ ਬਰਬਾਦ ਹੋਈ ਚੁੱਕੇ ਦਾ ਹੈ। ਅਗਰ ਕੋਈ ਬਾਹਰਾਂ ਦਾ ਯਾਤਰੂ ਆਉਂਦਾ ਤਾਂ ਰਹਾਉਣੇ ਦੀ ਕੋਈ ਵਿਵਸਥਾ ਨਹੀਂ ਹੈ। ਗੱਡੀਆਂ ਦਾ ਜਾਮ ਤੁਸੀਂ ਦੇਖਦੇ ਹੋ, ਹਰ ਮੰਗਲਵਾਰ ਐਤਵਾਰ ਜਿਹੜਾ ਸ਼ੈਲ ਦਿਨ ਹੁੰਦਾ ਲੱਗਦਾ ਹੁੰਦਾ। ਕਿਆ ਤੁਹਾਡੇ ਕੋਲ ਕੋਈ ਖਾਸ ਪਰਿਯੋਜਨਾ ਦਿਮਾਗ 'ਚ ਹੈ ਕਿ ਐਸਾ ਉੱਥੇ ਕੀਤਾ ਜਾਵੇ? ਦੇਖੋ ਉਹਦੇ 'ਚ ਸਰਕਾਰੀ ਵਿਭਿੰਨ ਏਜੰਸੀਆਂ ਕਨੇ ਬਈਏ, ਅਸੀਂ ਇਹਦੀ ਸਟਰੈਟਜੀ ਬਣਾ ਕੇ ਪੂਰੀ, ਔਰ ਮਾਤਾ ਬਾਵੇ ਵਾਲੀ ਕੀ ਮੱਦੇਨਜ਼ਰ ਰੱਖੀਏ ਕਿ ਯਾਤਰੀ ਜਿਹੜੇ ਉੱਥੇ ਆਏ ਉਸੀ ਇੱਕ ਇਮੋਸ਼ਨਲੀ ਬੌਂਡਿੰਗ ਜਿਹੜੀ ਉਹਦੀ ਵਧਣੀ ਚਾਹੀਦੀ ਹੈ। ਉੱਥੇ ਬਕਾਇਦਾ ਪੂਰਾ ਇੱਕ ਜਿਹੜਾ ਸਾਡੇ ਲੋਕ ਉੱਥੇ ਕੰਮ ਵੀ ਕਰਾ ਦੇਣ, ਸਫਾਈ ਵੀ ਕਰਾ ਦੇਣ, ਸੇਵਾ ਵੀ ਕਰਾ ਦੇਣ, ਉਹਦੀ ਵੀ ਦੇਖ ਰੇਖ ਕੀਤੀ ਜਾਏ, ਔਰ ਇੱਕ ਅੱਛਾ ਸਪਾਟ ਉੱਤੇ ਸਰਾਊਂਡਿੰਗ ਦੇ ਵਿੱਚ ਪਿਕਨਿਕ ਸਪਾਟ ਬਣੀ ਹੈ, ਅਤੇ ਮਾਤਾ ਦਾ ਜਿਹੜਾ ਸਥਾਨ ਹੈ ਉਹਦੀ ਮਹੱਤਵਤਾ ਜਿਹੜੀ ਹੈ ਬੜੀ ਹੈ, ਪੂਰੀ ਦੁਨੀਆ ਤੋਂ ਉਹਦਾ ਡੰਕਾ ਪਹੁੰਚਦਾ। ਅਤੇ ਮੈਂ ਚਾਹੁੰਦਾ ਕਿ ਕੁਝ ਇਸ ਤਰੀਕੇ ਦਾ ਰੋਡ ਮੈਪ ਤਿਆਰ ਕੀਤਾ ਜਾਏ ਕਿ ਜਿਹੜਾ ਵੈਸ਼ਨੋ ਮਾਤਾ ਜਾਏ ਉਸੇ ਲੱਗੇ ਕਿ ਜਦ ਤੱਕ ਮੈਂ ਬਾਵੇ ਵਾਲੀ ਮਾਤਾ ਦੇ ਮੱਥੇ ਨਹੀਂ ਟੇਕਾਂਗਾ ਮੇਰੀ ਯਾਤਰਾ ਕੰਪਲੀਟ ਨਹੀਂ ਹੋਣੀ। ਅਤੇ ਉਹ ਥੋੜ੍ਹਾ ਜਿਹਾ ਕੋਰੀਡੋਰ ਬਣੇਗਾ ਅਤੇ ਇੱਥੇ ਦਾ ਵੀ ਇੱਕ ਪੈਰੀਫੇਰੀ ਜਿਹੜੀ ਉਹ ਵਧੇਗੀ, ਔਰ ਇੱਕ ਮਜ਼ਬੂਤ ਸਿਸਟਮ ਜਿਹੜਾ ਖੜਾ ਕਰਨ ਲਈ ਤਿਆਰ ਹੋ ਗਏ। ਰਣਧਾਵਾ ਸਾਹਿਬ ਆਖਰੀ ਸਵਾਲ ਹੈ ਕਿ ਬੜੇ ਚਿਰਾਂ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਸੜਕਾਂ ਉੱਪਰ ਉਤਰੀ ਹੈ, ਔਰ ਲੋਕਾਂ ਦਾ ਵੀ ਇਹ ਆਖਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਵਿਪਕਸ਼ 'ਚ ਹੋਣੀ ਚਾਹੀਦੀ। ਅਗਰ ਵਿਪਕਸ਼ 'ਚ ਹੋਇਆ ਤਾਂ ਜੰਮੂ ਦੇ ਕੰਮ ਬੜੇ ਮਤੇ ਹੁੰਦੇ, ਇੰਨੇ ਚਿਰਾਂ ਬਾਅਦ ਸੜਕੇ ਪਰ ਉਤਰਨਾ ਕੈਸਾ ਲੱਗਦਾ? ਨਹੀਂ ਅਸੀਂ ਪਹਿਲਾਂ ਵੀ ਸੜਕੀ ਉੱਪਰ ਹੈ, ਸਰਕਾਰ 'ਚ ਵੀ ਰਹੇ, ਤਾਂ ਵੀ ਜਿੱਥੇ ਲੱਗਦਾ ਕਿ ਨਜ਼ਰਅੰਦਾਜ਼ੀ ਹੋਦੀ ਹੈ ਤਾਂ ਸ਼ੋਰ ਕਰਦੇ ਹੈ, ਪਰ ਆਪਣੇ ਲੋਕਾਂ ਦੇ ਲਈ ਅਗਰ ਜਿੱਦੋਜਹਿਦ ਕਰਨਾ ਪੈਂਦਾ ਉਹ ਬੜਾ ਵੈਲਕਮ ਹੈ। ਆਪਣੇ ਲੋਕਾਂ ਦਾ ਅਗਰ ਹੱਕ ਮੱਝਾਂ ਦਾ ਹੋ ਜਾਂ ਹੱਕ ਮਾਰਾਂ ਦਾ ਹੋ ਤਾਂ ਉਸ ਉਹ ਮਾਰਨ ਨਹੀਂ ਦੇਣਾ, ਕਿਸੇ ਦਾ ਰੱਖਣਾ ਨਹੀਂ, ਆਪਣਾ ਛੱਡਣਾ ਨਹੀਂ, ਇਸ ਗੱਲ ਦਾ ਇੱਕ ਮੋਲ ਮੋਟਿਵ ਜਿਹੜਾ ਉਹ ਲਈ ਚੱਲਣਾ। ਬਹੁਤ ਬਹੁਤ ਸ਼ੁਕਰੀਆ। ਕਿਸੇ ਦਾ ਲੈਣਾ ਨਹੀਂ ਅਤੇ ਆਪਣਾ ਛੋੜਨਾ ਨਹੀਂ ਹੈ, ਇਹ ਆਖਣਾ ਹੈ ਵਿਕਰਮ ਰੰਧਾਵਾ ਹੁੰਦਾ। ਔਰ ਰਹੀ ਗੱਲ ਵਿਕਾਸ ਦੀ, ਤਾਂ ਵਿਕਾਸ ਇਹਦੇ ਜ਼ਿਹਨ 'ਚ ਹੈ ਕਿ ਰਾਜਨੀਤੀ ਵਿਰਾਸਤ 'ਚ ਹੋਈ ਦੀ ਹੈ, ਔਰ ਇਹਦੀ ਪੁਰਾਣੀ ਇਹਦੇ ਪਿਤਾ ਸ਼੍ਰੀ ਹੁੰਦੀ ਹੈ ਵਿਧਾਨ ਸਭਾ ਹਲਕਾ। ਬੱਚੇ ਦੇ ਬਾਰੇ 'ਚ ਵੀ ਇਹਦੀ ਐਲ ਜੀ ਸਾਹਿਬ ਕਨੇ ਗੱਲਬਾਤ ਹੋਈ ਹੈ, ਔਰ ਇਹਦਾ ਆਖਣਾ ਹੈ ਕਿ ਕਿਸ਼ ਨਾ ਕਿਸ਼ ਨਵੇੜਾ ਜਿਹੜਾ ਹੈ ਉਹ ਜ਼ਰੂਰ ਨਿਕਲੂ।